इको ध्यान सिंह डोगरा वा जिन्हें राम रहीम वाली गलती कराई। प्रधान साहब नूं सोचण दी लोड़ आ कि लोग मैनू सलाह देंदे ने। सरदार प्रकाश सिंह बादल साडी सारयां दी सलाह लैंदा सी लेकिन मर्जी वो अपनी करदा सी। जदों किसी वर्कर की सलाह के उत्ते मर्जी कोई प्रधान साहब कर लिंदा तो वह मैं समझना कि वह फैसला गलत हो जाता। सुखबीर सिंह बादल नूं ताकत देने की लोड़ है। एक ऐसा परिवार है जिहड़ा अज तक खरीदया नहीं गया ते जिन्हां नूं 5-6 वार पंजाब के लोगों ने वाक जोड़ दिती। प्रकाश सिंह बादल नूं रब की मर्जी तो बगैर कोई पिंड का मैंबर पंचायत नहीं बनता, कोई सरपंच नहीं बनता। इन्नी वार मुख्यमंत्री बनाया वा अजिहा लोग जिहड़े ने ਉਹ ਮੈਂ ਸਮਝਣਾ ਕਿ ਐਵੇਂ ਝੂਠੇ ਫਲੰਦੇ ਬਣ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਵੱਧ ਗਈ ਅਤੇ ਹਾਈਕਮਾਂਡ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਲਾਹ ਲੈਣੀ ਚਾਹੀਦੀ ਹੈ। ਇੱਕੋ ਹੀ ਧਿਆਨ ਸਿੰਘ ਡੋਗਰਾ ਵਾ ਜਿਹਨੇ ਰਾਮ ਰਹੀਮ ਵਾਲੀ ਗਲਤੀ ਕਰਾਈ। ਪ੍ਰਧਾਨ ਸਾਹਿਬ ਨੂੰ ਵੀ ਸੋਚਣ ਦੀ ਲੋੜ ਹੈ ਵੀ ਕਿਹੜੇ ਲੋਕ ਮੈਨੂੰ ਸਲਾਹ ਦਿੰਦੇ ਨੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੀ ਸਾਰਿਆਂ ਦੀ ਸਲਾਹ ਲੈਂਦਾ ਸੀ ਲੇਕਿਨ ਮਰਜ਼ੀ ਉਹ ਆਪਣੀ ਕਰਦਾ ਸੀ। ਜਦੋਂ ਕਿਸੇ ਵਰਕਰ ਦੀ ਸਲਾਹ ਦੇ ਉੱਤੇ ਮਰਜ਼ੀ ਕੋਈ ਪ੍ਰਧਾਨ ਸਾਹਿਬ ਕਰ ਲੈਂਦਾ ਤਾਂ ਉਹ ਮੈਂ ਸਮਝਣਾ ਕਿ ਉਹ ਫੈਸਲਾ ਗਲਤ ਹੋ ਜਾਂਦਾ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਤਾਕਤ ਦੇਣ ਦੀ ਲੋੜ ਹੈ। ਇੱਕ ਐਸਾ ਪਰਿਵਾਰ ਹੈ ਜਿਹੜਾ ਅੱਜ ਤੱਕ ਖਰੀਦਿਆ ਨਹੀਂ ਗਿਆ ਅਤੇ ਜਿਨ੍ਹਾਂ ਨੂੰ 5-6 ਵਾਰ ਪੰਜਾਬ ਦੇ ਲੋਕਾਂ ਨੇ ਵਾਕਡੋਰ ਦਿੱਤੀ ਹੈ। ਅੱਜ ਵੀ ਮੈਂ ਸਮਝਣਾ ਵਾਂ ਸੈਂਟਰ ਹਮੇਸ਼ਾ ਹੀ ਅਕਾਲੀ ਦਲ ਦੇ ਖਿਲਾਫ ਰਿਹਾ ਵਾ। ਅੱਜ ਵੀ ਸੈਂਟਰ ਮਾਰ ਦੇਣਾ ਚਾਹੁੰਦਾ ਅਕਾਲੀ ਦਲ ਨੂੰ ਅਤੇ ਉਹਦੀਆਂ ਏਜੰਸੀਆਂ ਕੰਮ ਕਰ ਰਹੀਆਂ, ਚਾਹੇ ਸੈਂਟਰ ਵਿੱਚ ਮੁਗਲਾਂ ਦਾ ਰਾਜ ਆ, ਚਾਹੇ ਕਾਂਗਰਸ ਦਾ ਰਾਜ ਆ ਅਤੇ ਚਾਹੇ ਕਿਸੇ ਹੋਰ ਦਾ ਰਾਜ ਆ। ਅੱਜ ਵੀ ਉਹ ਏਜੰਸੀਆਂ ਜਿਹੜੀਆਂ ਅਕਾਲੀ ਦਲ ਨੂੰ ਮਾਰਨ ਵਾਸਤੇ ਜਿਹੜੀਆਂ ਤਤਪਰ ਨੇ। ਲੰਗਾ ਜੀ, ਕਹਿੰਦੇ ਨੇ ਕਿ ਮਾੜੇ ਸਮੇਂ 'ਚ ਚੰਗੇ ਦਾ ਅਤੇ ਮਾੜੇ ਦਾ ਪਤਾ ਲੱਗਦਾ, ਤੁਹਾਡੇ ਮਾੜੇ ਸਮੇਂ 'ਚ ਕੀ ਕੁਛ ਤੁਹਾਨੂੰ ਫਿਰ ਰਿਹਾ ਐਕਸਪੀਰੀਅੰਸ ਮਾੜੇ ਚੰਗੇ? ਮੈਂ ਮਾੜੇ ਸਮੇਂ ਵਿੱਚ ਸਿਰਫ ਰੱਬ ਦਾ ਮੈਨੂੰ ਓਟ ਆਸਰਾ ਰਿਹਾ ਵਾ, ਮੈਨੂੰ ਡੋਲਣ ਨਹੀਂ ਦਿੱਤਾ, ਨਾ ਮੈਂ ਕਮਜ਼ੋਰ ਹੋਇਆ ਵਾਂ ਅਤੇ ਮੈਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਿਹਾ ਵਾਂ। ਔਰ ਮੈਂ ਸਮਝਣਾ ਕਿ ਜਿੰਨਾ ਮੇਰਾ ਆਪਣਿਆਂ ਨੇ ਨੁਕਸਾਨ ਕੀਤਾ ਉਨਾ ਮੇਰੀ ਕਾਂਗਰਸ ਨੇ ਮੇਰਾ ਨੁਕਸਾਨ ਨਹੀਂ ਕੀਤਾ। ਬਹਿਬਲ ਕਲਾਂ ਗੋਲੀਕਾਂਡ ਦੇ ਵਿੱਚ ਹੁਣ ਨਾਮਜ਼ਦ ਕੀਤਾ ਗਿਆ ਵਾ ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਸਿੰਘ ਬਾਦਲ ਨੂੰ ਕੀ ਕਹੋਗੇ? ਕੋਈ ਵੀ ਦੁਨੀਆਂ ਦਾ ਸਿੱਖ ਜਿਹੜਾ ਵਾ ਉਹ ਗੁਰੂ ਦੀ ਬੇਅਦਬੀ ਨਹੀਂ ਕਰ ਸਕਦਾ, ਨਾ ਬੇਅਦਬੀ ਕਹਿਣ ਵਾਲਿਆਂ ਨੂੰ ਕੋਈ ਸਲਾਹ ਦੇ ਸਕਦਾ ਵਾ, ਸੁਰ ਦੇ ਸਕਦਾ। ਪ੍ਰਕਾਸ਼ ਸਿੰਘ ਬਾਦਲ ਨੂੰ ਰੱਬ ਦੀ ਮਰਜ਼ੀ ਤੋਂ ਬਗੈਰ ਕੋਈ ਪਿੰਡ ਦਾ ਮੈਂਬਰ ਪੰਚਾਇਤ ਨਹੀਂ ਬਣਦਾ, ਕੋਈ ਸਰਪੰਚ ਨਹੀਂ ਬਣਦਾ। ਇੰਨੀ ਵਾਰ ਮੁੱਖ ਮੰਤਰੀ ਬਣਾਇਆ ਵਾ ਅਜਿਹਾ ਲੋਕ ਜਿਹੜੇ ਨੇ ਉਹ ਮੈਂ ਸਮਝਣਾ ਕਿ ਐਵੇਂ ਝੂਠੇ ਪਲੰਦੇ ਬਣ ਰਹੇ ਨੇ। ਇਸ ਬਿਪਤਾ ਵਿੱਚੋਂ ਇਹਨਾਂ ਨੇ ਤਗੜਿਆਂ ਹੋ ਕੇ ਨਿਕਲਣਾ ਵਾ, ਏਜੰਸੀਆਂ ਨੇ ਵਾੜਿਆ ਵਾ, ਇਹਨਾਂ ਨੇ ਇਸ ਬਿਪਤਾ ਦੇ ਵਿੱਚੋਂ ਇੱਕ ਲੀਡਰ ਬਣ ਕੇ ਨਿਕਲਣਾ ਵਾ। ਕੱਖ ਨਹੀਂ ਵਿਗੜਨਾ ਔਰ ਉਹਨਾਂ ਨੂੰ ਮੂੰਹ ਦੀਆਂ ਖਾਣੀਆਂ ਪੈਣਗੀਆਂ ਜਿਹੜੇ ਲੋਕ ਉਹਨਾਂ ਦਾ ਭੰਡੀ ਪ੍ਰਚਾਰ ਕਰਦੇ ਨੇ। ਅੰਮ੍ਰਿਤਪਾਲ ਬਾਰੇ ਮੈਂ ਕੁਝ ਨਹੀਂ ਕਹਿਣਾ। ਲੱਗਦਾ ਤੁਹਾਨੂੰ ਹੁਣ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਪੁਰਾਣੇ ਫਿਰ ਅਕਾਲੀ ਦਲ ਨੂੰ ਇਕੱਠਾ ਹੋਣਾ ਪਊਗਾ, ਕਿਉਂਕਿ ਅਕਾਲੀ ਦਲ ਦੇ ਜਿਸ ਹਿਸਾਬ ਨਾਲ ਹੁਣ ਇਸ ਵੇਲੇ ਚੱਲ ਰਿਹਾ ਲੋਕਾਂ ਦੇ ਵਿੱਚ ਗ੍ਰਾਫ ਕਾਫੀ ਡਿੱਗਾ ਹੋਇਆ। ਮੈਂ ਸਮਝਦਾ ਵਾਂ, ਇੱਕੋ ਗੱਲ ਮੈਂ ਕਹਿਣੀ ਚਾਹੁੰਦਾ, ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਵੱਧ ਗਈ ਹੈ ਅਤੇ ਹਾਈਕਮਾਂਡ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਲਾਹ ਲੈਣੀ ਚਾਹੀਦੀ ਹੈ ਅਤੇ ਅਕਾਲੀ ਦਲ ਚੜ੍ਹਦੀਆਂ ਕਲਾਂ 'ਚ ਰਹੇਗਾ।